ਸ੍ਰੀਕਾਲ ਜੀ, ਮੈਂ ਕੁਲਦੀਪ ਸਿੰਘ, ਸਰਪੰਚ ਪਿੰਡ ਵਾਸੀ ਸੰਤਪੁਰ ਗੁਰਸੀਆਂ, ਜਿਨ੍ਹਾਂ ਨੇ ਮੈਂ ਧਰਮਾਦੀ ਹਾਂ ਪਿੰਡ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਕੀਮਤ ਵੋਟ ਕਰ ਪਾ ਕੇ ਸਰਪੰਚ ਲਈ ਚੁਣਿਆ ਹੈ। ਦੌਰਾਨ ਮੈਂ ਇਹੀ ਮੁੱਦਾ ਲੈ ਕੇ ਚੱਲਿਆ ਸੀ ਕਿ ਜੋ ਮੇਰੇ ਪਿੰਡ ਦੇ ਕੰਮ ਅਧੂਰੇ ਪਏ ਨੇ ਉਹਨਾਂ ਨੂੰ ਪੂਰਾ ਕਰਕੇ ਚੱਲਾਂ। ਨੂੰ ਅਪੀਲ ਕਰਦਾ ਹਾਂ ਕਿ ਜੋ ਅਧੂਰੇ ਕੰਮ ਨੇ ਉਹਨਾਂ ਨੂੰ ਪੂਰੇ ਕਰਨ 'ਤੇ ਗਰੰਟ ਕੀਤਾ ਜਾਵੇ। ਸਾਡੇ ਪਿੰਡ ਦੇ ਵਿੱਚ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਨਿਕਾਸੀ ਦੀ, ਅਗਰ ਇਹ ਪਾਣੀ ਦੀ ਨਿਕਾਸੀ ਵਾਸਤੇ ਜਾਂ ਸੀਵਰੇਜ ਬਣ ਜਾਏ ਤਾਂ ਸਾਡੇ ਪਿੰਡ ਦਾ ਜਿਹੜੀ ਅੱਧੀ ਤੋਂ ਜ਼ਿਆਦਾ ਪ੍ਰੋਬਲਮ ਹੈ ਉਹ ਖਤਮ ਹੋ ਸਕਦੀ ਹੈ। ਸੋ ਮੈਂ ਅਪੀਲ ਕਰਦਾ ਹਾਂ ਕਿ ਜੇ ਸਾਡੇ ਪਿੰਡ ਦਾ ਜੋ ਸੀਵਰੇਜ ਹੈ ਉਹ ਪਾ ਦਿੱਤਾ ਜਾਵੇ ਤਾਂ ਕਿ ਸਾਡੇ ਪਿੰਡ ਦੀ ਜੇ ਜੋ ਪਾਣੀ ਦੀ ਸਮੱਸਿਆ ਔਰ ਖੇਤਾਂ ਦੀ ਜਿਹੜੀ ਆਪਣਾ ਫਸਲਾਂ ਮਰ ਗਈਆਂ ਨੇ, ਜਿਵੇਂ ਕਿ ਹੁਣ ਬਾਰਿਸ਼ ਕਾਫੀ ਹੈਵੀ ਬਾਰਿਸ਼ ਹੋਣ ਦੇ ਕਾਰਨ ਤਕਰੀਬਨ 250 ਏਕੜ ਜੋ ਫਸਲ ਹੈ ਸਾਡੀ ਨਸ਼ਟ ਹੋ ਚੁੱਕੀ ਹੈ। ਅਤੇ ਸੋ ਮੇਰੀ ਅਪੀਲ ਇਹੋ ਹੀ ਹੈ ਕਿ ਸਾਡੀ ਪਾਣੀ ਦੀ ਨਿਕਾਸੀ ਜੋ ਜਲਦੀ ਤੋਂ ਜਲਦੀ ਹੋ ਸਕੇ, ਜੋ ਕਿ ਕਿਸਾਨਾਂ ਦਾ ਭਲਾ ਹੋ ਸਕੇ। ਬੇਨਤੀ ਕਰਦਾ ਹਾਂ ਕਿ ਜੋ ਮੇਰੇ ਪਿੰਡ ਦੇ ਕੰਮ ਅਧੂਰੇ ਰਹਿੰਦੇ ਹਨ ਉਹਨਾਂ ਨੂੰ ਪੂਰਾ ਕਰਨ ਵਾਸਤੇ ਮੈਨੂੰ ਗ੍ਰਾਂਟ ਜਿਹੜੀ ਉਹ ਜਲਦੀ ਦਿੱਤੀ ਜਾਵੇ। ਬੱਚਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਖੇਡਾਂ ਵੱਲ ਧਿਆਨ ਦੇਣ ਤਾਂ ਕਿ ਆਪਣੀ ਜੋ ਲਾਈਫ ਹੈ ਉਹਨੂੰ ਸੁਧਾਰ ਸਕੇ। ਇਸੇ ਲਈ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਜੋ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਔਰ ਉਹਨਾਂ ਨੂੰ ਖੇਡਾਂ ਵੱਲ ਧਿਆਨ ਦਿੱਤਾ ਜਾਵੇ।